ਅਸੀਂ ਤਾਂ ਜਿੰਦਰੇ ਬਾਤ ਕਹਿ ਗਏ ਸੱਜੋ ਲਾਹੌਰੋਂ ਆ ਗਏ ਤਾਂ ਸਾਡੇ ਉੱਠ ਕੇ ਸਜਾਦੇ ਹਾਂਜੀ ਇੱਥੇ ਆਖਣ ਲੱਗੇ ਚਾਰ ਕੁ ਦਿਨ ਦਾ ਹੀ ਰੌਲਾ ਹੈ ਇਹਨਾਂ ਕਣਕ ਲੋਕਾਂ ਤੋਂ ਖਰੀਦ ਕੇ 150 ਮਣ ਕਣਕ ਘਰ ਰੱਖਿਆ ਹੈ ਅੱਛਾ ਜੀ ਜਦੋਂ ਕੋਲ ਪੈਸੇ ਉਹ ਵੀ ਲਾਏ ਅੱਛਾ ਉਹ ਵੀ ਲਾਇਆ ਉੱਥੇ ਹੀ ਚਾਚੇ ਆਏ ਜਦੋਂ ਉਹ ਵੀ ਲਾਏ ਵੀ ਪਿਆ ਵੀ ਕੋਲ ਕੋਨਾ ਰਹਿ ਜੇ ਉਹ ਕਾਢੇ ਵਾਲੇ ਪਹਿਲੋਂ ਕਾਢੇ ਵਾਲੇ ਸਾਡੇ ਪਿੰਡ ਆ ਗਏ ਉੱਠ ਕੇ ਤੇ ਉਹ ਆਖਣ ਵੀ ਤੁਸੀਂ ਕਪੜੇ ਘਰ ਛੱਡ ਕੇ ਆ ਗਏ ਜੇ ਤੇ ਅਗਲੇ ਦਿਨ ਆਪ ਨੂੰ ਵੀ ਤੁਰਨਾ ਪਿਆ ਆਪ ਨੂੰ ਤੁਰਨਾ ਪਿਆ ਅੱਛਾ ਜੀ ਇਤਨਾ ਹੋਇਆ ਕੰਮ ਤੇ ਬਾਪੂ ਉਦੋਂ ਇੱਕ ਮਾਰਨ ਮਰਾਉਣ ਬਹੁਤ ਹੋਇਆ ਬਹੁਤ ਲੋਕਾਂ ਦਾ ਹੋਇਆ ਕਤਲੇਆਮ ਹੋਇਆ ਤੇ ਉਹ ਪਿੰਡੇ ਰਹੇ ਨੇ ਅਸੀਂ ਜਦੋਂ ਉੱਥੋਂ ਪਿੰਡੋਂ ਨਿਕਲੇ ਆ ਨਾ ਤੇ ਪਿੰਡ ਕੁੱਲੇ ਕੇ ਆਇਆ ਰਾਹ 'ਚ ਤੇ ਉੱਥੇ ਕਿਤੇ ਬਾਹਰ ਖੇਤਰ 'ਚ ਗਿਆ ਸੀ ਜਿਮੀਦਾਰ ਤੇ ਉਹਨੂੰ ਵੱਢ ਕੱਤਿਆ ਉਹਨਾਂ ਨੇ ਅੱਛਾ ਜੀ ਉਹ ਲਵਾਉਣ ਹੋਇਆ ਤਾਂ ਆਖਿਆ ਭਰਾਓ ਵੇਖ ਲਓ ਮੇਰੇ ਨਾਲ ਕਰ ਲਓ ਜੀ ਗੱਲ ਕਰੀ ਘੜੀ ਵੀ ਪੈਰ ਦਾ ਹੀ ਹੈਗਾ ਹੈ ਮੇਲਾ ਅੱਛਾ ਜੀ ਮੈਂ ਇੰਡੀਆ ਪਿੰਡ ਜ਼ਿਆਦਾ ਸੱਟਾਂ ਮੈਂ ਬਚ ਨਹੀਂ ਸਕਦਾ ਪਾਣੀ ਥੱਲੇ ਕੀਤਾ ਹੋਣੇ ਤੇ ਲਹੂ ਵਗੀ ਜਾਵੇ ਅੱਛਾ ਜੀ ਅੱਖੀ ਵੇਖਿਆ ਸੀ ਅਸੀਂ ਲੱਖੂ ਦੁੱਲੂ ਬਦਮਾਸ਼ ਹੈਗਾ ਸੀ ਅੱਛਾ ਜੀ ਉਹਨੇ ਆਖਿਆ ਤੁਸੀਂ ਇੱਥੋਂ ਹੀ ਲੜਾ ਨਹੀਂ ਮੈਂ ਰਾਹ ਸਾਫ਼ ਕਰਾਂਗਾ ਉਹ ਗਿਆ ਉਹ ਬੰਦੇ ਲੈ ਕੇ ਅਤੇ ਉਹਨੇ ਜਾ ਕੇ 6 ਬੰਦੇ ਅਸੀਂ ਮਿਲਟਰੀ ਦੇ ਸਾਰੇ ਉਹ ਮਾਰ ਦਿੱਤੇ ਅੱਛਾ ਜੀ ਅਤੇ ਆਖਣ ਲੱਗਾ 2 ਘੰਟਿਆਂ ਦੇ ਵਿੱਚ ਅਸੀਂ ਨਿਕਲ ਜਾਓ ਨਹੀਂ ਤਾਂ ਸਵੇਰੇ ਫਿਰ ਹੋਰ ਰਾਹ ਚੜੀ ਜੇ ਫਿਰ 2 ਘੰਟੇ ਨਿਕਲ ਕੇ ਤੜਕੇ ਹੀ ਰਾਜ ਹੋ ਕੇ ਆ ਗਏ ਅੱਛਾ ਉੱਥੇ ਮਿਲਟਰੀ ਵਾਲਿਆਂ ਨੂੰ ਵੀ ਫਿਰ ਮਾਰਿਆ ਲੋਕਾਂ ਨੇ ਹੈ ਹੈਂ ਮਿਲਟਰੀ ਜਿਹੜੀ ਮੁਸਲਮਾਨ ਦੀ ਨਾਲ ਉਹ ਰੋਕਦੀ ਕਰਦੀ ਸੀਗੀ ਅੱਛਾ ਜੀ ਦੇਖਣ ਵਾਲੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਅਤੇ ਸਾਰੇ ਜਿੰਨੇ ਸੱਜਣ ਮਿੱਤਰ ਬੈਠੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਆਪਾਂ ਬਾਪੂ ਜੀ ਉਹਨਾਂ ਦੀ ਗੁਰਚਰਨ ਸਿੰਘ ਜੀ ਹੁਣਾਂ ਦੀ ਬਾਪੂ ਜੀ ਲਾਹੌਰ ਤੋਂ ਇੱਥੇ ਆਏ ਸੀਗੇ ਅਤੇ ਲਾਹੌਰ ਬਾਰੇ ਗੱਲਾਂ ਹੋਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕਿੰਨੀ ਉਮਰ ਹੋ ਗਈ ਜੀ ਹੁਣ 87 ਲੱਗ ਗਿਆ 87 ਲੱਗ ਗਿਆ ਹਾਂ 86 ਪੂਰੇ ਹੋ ਗਏ ਸਾਉਣ ਦੀ 21 ਤੋਂ 87 ਲੱਗ ਗਿਆ ਠੀਕ ਹੈ ਜੀ ਅਤੇ ਬਾਪੂ ਜੀ ਫਿਰ ਉੱਥੋਂ ਦੀ ਫਿਰ ਪੂਰਾ ਯਾਦ ਆ ਲਾਹੌਰ ਦਾ ਲਓ ਅਸੀਂ ਪਿੰਡ ਸਜਾਦੇ ਰਹਿੰਦੇ ਜਾਂਦੇ ਹਾਂ ਉੱਥੇ ਸਜਾਦਾ ਅੱਛਾ ਜੀ ਇੱਧਰ ਅਸੀਂ ਸਜਾਦੇ ਰਹਿੰਦੇ ਸਨ ਹਾਂਜੀ ਅਤੇ ਉੱਥੋਂ ਜਦੋਂ ਜੀ ਕਰਦਾ ਵਿੱਚ ਨਾਲ ਘਰ ਦੇ ਜੀ ਮੇਰੇ ਮਾਤਾ ਪਿਓ ਉਹ ਨਾਲ ਲੈ ਜਾਂਦੇ ਸੀ ਹਾਂਜੀ ਹਾਂ ਜਾਂਦੇ ਰਹੇ ਉੱਥੇ ਠੀਕ ਹੈ ਹਾਂ ਇਹ ਨਹੀਂ ਵੀ ਉੱਥੇ ਪੱਕਾ ਨਹੀਂ ਰਹੇ ਪਿੰਡ ਇੱਥੇ ਸਜਾਦੇ ਆ ਠੀਕ ਹੈ ਜੀ ਹਾਂ ਇੱਥੇ ਮੈਂ ਉਰਦੂ ਪੜ੍ਹਦਾ ਹੁੰਦਾ ਸੀ ਅਤੇ ਪਹਿਲੀ ਦੂਜੀ ਇੱਥੇ ਕੀਤੀ ਆ ਠੀਕ ਹੈ ਮੈਂ ਲਾਹੌਰ ਦੀ ਗੱਲ ਤਾਂ ਕੀਤੀ ਕਿਉਂਕਿ ਤੁਸੀਂ ਦੱਸਦੇ ਤੁਹਾਡੀ ਲਾਹੌਰ ਵੀ ਜ਼ਮੀਨ ਸੀ ਅਤੇ ਉੱਥੇ ਵੀ ਘਰ ਸੀਗੇ ਆਪਣੇ ਹੈ ਨਾ ਉੱਥੇ ਉਹ ਜਿਹੜੀ ਜ਼ਮੀਨ ਸੀ ਨਾ ਸਾਡੇ ਬਜ਼ੁਰਗਾਂ ਨੂੰ ਡੇਰਾ ਮਿਲਿਆ ਸੀ ਅੱਛਾ ਜੀ ਇਹ ਡੇਰੇ ਦਿੱਤੇ ਸੀ ਮਹਾਰਾਜਾ ਰਣਜੀਤ ਸਿੰਘ ਨੇ ਠੀਕ ਹੈ ਜੀ ਹਾਂ ਅਤੇ ਉਹ ਡੇਰੇ ਦੇ ਨਾਂ ਹੀ ਰਹੀ ਉਹ ਇੱਧਰ ਆਈ ਨਹੀਂ ਗਈ ਅੱਛਾ ਜੀ ਉਹਦੇ ਡੇਰਾ ਉੱਧਰ ਰਹਿ ਗਿਆ ਤੁਸੀਂ ਉੱਥੇ ਰਹੋ ਅੱਛਾ ਜੀ ਅੱਛਾ ਉਹ ਪੈਲੀ ਨਹੀਂ ਆਈ ਇੱਧਰ ਠੀਕ ਹੈ ਜਿਹੜੀ ਡੇਰੇ ਦੀ ਹੁੰਦੀ ਨਾ ਪੈਲੀ ਹਾਂਜੀ ਉਹ ਬੰਦੇ ਦੇ ਨਾਂ ਨਹੀਂ ਹੁੰਦੀ ਠੀਕ ਹੈ ਜੀ ਡੇਰੇ ਦੇ ਨਾਂ ਹੁੰਦੀ ਅਤੇ ਜਿੱਥੇ ਡੇਰਾ ਉੱਥੇ ਰਹੇਗੀ ਅੱਛਾ ਜੀ ਇਹ ਗੱਲ ਹੁੰਦੀ ਠੀਕ ਹੈ ਇਹ ਵੀ ਚੱਕਰ ਹੁੰਦਾ ਤੇ ਜ਼ਮੀਨ ਬਾਪੂ ਜੀ ਉੱਥੇ ਫਿਰ ਕਿੰਨੀ ਸੀ ਸਾਰੀ ਉੱਥੇ ਪਿੰਡ ਤਾਂ ਹੈਗੀ ਸੀ 9 ਕਿੱਲੇ ਹਾਂਜੀ ਉਹ ਹੀ ਬਾਬਾ ਗਿਆਨ ਚੰਦ ਦੀ ਵਿੱਚ ਸਮਾਧ ਸੀ ਹਾਂਜੀ ਉਹਦੇ ਮਤਲਬ ਉਹਨਾਂ ਦੇ ਬਣਾਈ ਸੀ ਇਹਨਾਂ ਮੇਰੇ ਜਿਹੜੇ ਦਾਦਾ ਸੀ ਨਾ ਹਾਂਜੀ ਉਹਦੇ ਇੱਥੇ ਹੈਗੇ ਸੀ ਨਾਨਕੇ ਠੀਕ ਹੈ ਨਾਨਕੇ ਢੇਰੀ ਉਹਨਾਂ ਦਾ ਪੁੱਤਰ ਕੋਈ ਸੀ ਅਤੇ ਉਹ ਤਦ ਮਿਲੀ ਸੀ ਮੇਰੇ ਠੀਕ ਹੈ ਸਾਹੀ ਇੱਧਰ ਇੱਧਰ ਦੇ ਸਭ ਪਿੱਛੋਂ ਪਿੰਡ ਚੰਨਣਕੇ ਹੈਗਾ ਹੈ ਹਾਂਜੀ ਉਹ ਉੱਥੋਂ ਉੱਥੇ ਸੀ ਸਾਡਾ ਪਿਛਲਾ ਪਿੰਡ ਅਤੇ ਇਹ ਫਿਰ ਉੱਥੇ ਨਾਨਕੀ ਢੇਰੀ ਦੇ ਮੇਰਾ ਦਾਦਾ ਗਿਆ ਸੀ ਠੀਕ ਹੈ ਜੀ ਹਾਂ ਭਗਤ ਰਾਮ ਸੀ ਦਾ ਰਾਂ ਠੀਕ ਹੈ ਜੀ ਹਾਂ ਅਤੇ ਮੇਰੇ ਬਾਪ ਦਾ ਨਾਂ ਪ੍ਰੀਤਮ ਦਾਸ ਸੀ ਹੈਗਾ ਅੱਛਾ ਜੀ ਹਾਂ ਠੀਕ ਹੈ ਇਹ ਪਹਿਲਾਂ ਥੋੜ੍ਹਾ ਜਿਹਾ ਇਹ ਵੀ ਆਪਾਂ ਇੱਕ ਕਲੀਅਰ ਕਰ ਦਈਏ ਜਿਵੇਂ ਹੁਣ ਤੁਸੀਂ ਕਿਹਾ ਪ੍ਰੀਤਮ ਦਾਸ ਆ ਹੁਣ ਤੁਹਾਨੂੰ ਬਾਪੂ ਜੀ ਗੁਰਚਰਨ ਸਿੰਘ ਜੀ ਕਹਿੰਦੇ ਸਾਰੇ ਹੈ ਨਾ ਇਹ ਕਿਉਂ ਜੀ ਮੈਂ ਅੰਮ੍ਰਿਤ ਛਕ ਲਿਆ ਨਾ ਅੱਛਾ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਮੈਂ ਕਿਰਪਾਨ ਵੀ ਪਾਇਆ ਕੰਘਾ ਵੀ ਸਾਰਾ ਕੁਛ ਹਾਂਜੀ 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 ਜਦੋਂ ਅੰਮ੍ਰਿਤ ਛਕੇ ਫਿਰ ਸਿੰਘ ਹੀ ਆਖਣਾ ਠੀਕ ਹੈ ਜਦੋਂ ਬਣ ਸਿੰਘ ਬਣ ਗਏ ਹਾਂਜੀ ਸਹੀ ਗੱਲ ਹੈ ਜੀ ਅਤੇ ਬਾਪੂ ਜੀ ਉੱਥੇ ਫਿਰ ਜਿਹੜਾ ਤੁਹਾਡਾ ਪਿੰਡ ਸੀਗਾ ਉਹ ਪਿੰਡ 'ਚ ਫਿਰ ਪਿੰਡ ਦੇ ਜਿਹੜੇ ਕੋਈ ਨਾਲ ਦੇ ਖੇਡਦੇ ਜਾਂ ਕੋਈ ਭਰਾ ਵੱਡੇ ਬਜ਼ੁਰਗ ਜਾਂ ਕਿਸੇ ਦਾ ਨਾਮ ਚੇਤੇ ਹੋਏ ਸਾਡੇ ਗਵਾਂਢ ਨਾਈਆਂ ਦੇ ਘਰ ਉਹਨਾਂ ਦੇ ਮੁੰਡੇ ਜਗਿੰਦਰ ਤੇ ਮਿੰਦਰ ਸੀ ਉਹ ਪਹਿਲਾਂ ਇੱਥੇ ਆਏ ਬੈਠੇ ਫਿਰ ਅਗਾ ਚਲੇ ਗਏ ਅੱਛਾ ਜੀ ਉਹ ਇਧਰ ਮੰਡਵੀ ਪਿੰਡ ਆ ਹਰਿਆਣੇ 'ਚ ਅੱਛਾ ਜੀ ਚਲੇ ਗਏ ਅਤੇ ਉਹ ਫਿਰ ਮਿਲੇ ਕੋਈ ਬਾਅਦ ਵਿੱਚ ਆ ਗਏ ਉਹ ਜਿਹਾ ਬੰਦਾ ਜਿਹੜਾ ਉੱਧਰੋਂ ਇੱਧਰ ਆ ਗਏ ਹੋਵੋਗੇ ਇਕੱਠੇ ਜਦੋਂ ਤੁਸੀਂ ਨਹੀਂ ਉਹ ਪਹਿਲਾਂ ਇਕੱਠੇ ਹੋਏ ਫਿਰ ਉਹ ਲਾਗੀ ਲੋਕ ਸੀ ਉਹਨਾਂ ਦੀ ਕਿਹੜੇ ਇੱਥੇ ਜਾਇਦਾਦ ਸੀ ਹਾਂਜੀ ਉਹਨਾਂ ਨੂੰ ਫਿਰ ਜਿੱਥੇ ਕੋਈ ਕੰਮ ਚੰਗਾ ਲੱਗਾ ਉੱਧਰ ਚਲੇ ਚਲੇ ਸਾਗ ਸੂਗ ਉੱਧਰ ਹੋਣਗੇ ਹਾਂਜੀ 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 ਇਹ ਤਰ੍ਹਾਂ ਤੇ ਤੁਹਾਡੇ ਪਿੰਡ ਬਾਰੇ ਤੁਹਾਡੇ ਪਿੰਡ ਦੀਆਂ ਯਾਦਾਂ ਜਿਹੜੀਆਂ ਉੱਥੋਂ ਵਾਲੇ ਦੀਆਂ
ਜਿਹੜਾ ਉੱਥੋਂ ਵਾਲਾ ਪਿੰਡ ਉਹਦੀਆਂ ਯਾਦਾਂ ਉੱਥੋਂ ਵਾਲੇ ਕਿਹੜੇ ਕੋਈ ਨਾਲ ਦੇ ਆਂਢ ਗੁਆਂਢ ਵਾਲੇ ਜਾਂ ਕੁਝ ਆਂਢ ਗੁਆਂਢ ਸਾਡੇ ਘਰ ਤੋਂ ਅਗਲੇ ਦਾ ਤਿੰਨ ਘਰ ਜਲਾਇਆਂ ਦੇ ਸਾਡੇ ਅੱਛਾ ਜੀ ਇੱਕ ਦਾ ਬਾਜਾ ਹਾਂਜੀ ਇੱਕ ਖੁਸ਼ੀਆ ਹਾਂਜੀ ਹਾਂਜੀ ਤੇ ਇੱਕ ਸਮੰਦਾ ਠੀਕ ਹੈ ਭਰਾ ਸੀ ਤੇ ਇੱਕ ਬੁਰੜੀ ਸੀ ਉਹਦਾ ਧੀ ਪੁੱਤਰ ਕੋਈ ਉਹ ਮਾਤਾ ਠਰੀਆ ਦੀ ਸਾਡੇ ਘਰੋਂ ਰੋਟੀ ਖਾਧੀ ਸੀ ਠੀਕ ਹੈ ਜੀ ਉਹ ਸਾਡੇ ਨਾਲ ਘਰ ਲੱਗੇ ਤੇ ਸਾਡੇ ਘਰ ਹੀ ਉਹ ਸੌਂਦੀ ਸੀ ਠੀਕ ਹੈ ਘਰ ਵਾਲਾ ਮਰ ਗਿਆ ਸੀ ਤੇ ਇਕੱਲੀ ਸੀ ਅਸੀਂ ਆਖਿਆ ਚੱਲ ਤੂੰ ਰੋਟੀ ਸਾਡੇ ਘਰੋਂ ਹੀ ਖਾਇਆ ਕਰ ਨਾ ਹਾਂਜੀ 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 ਠੀਕ ਹੈ ਤੇ ਬਾਪੂ ਜੀ ਉੱਥੇ ਫਿਰ ਜਿਹੜੀ ਜਦੋਂ ਉੱਥੋਂ ਆਉਣਾ ਪਿਆ ਉਹ ਜਦੋਂ ਰੌਲਾ ਪਿਆ ਉਦੋਂ ਹੀ ਆਉਣਾ ਪਿਆ ਜਾਂ ਕੋਈ ਪਹਿਲਾਂ ਆਉਣ ਦਾ ਕਾਰਨ ਸੀਗਾ ਉਦੋਂ ਹੀ ਸਾਰੇ ਪਿੰਡ ਦੇ ਨਾਲ ਹੀ ਅੱਛਾ ਜੀ ਹਾਂ ਸਾਰਾ ਪਿੰਡ ਇਕੱਠਾ ਹੀ ਆਇਆ ਇੱਧਰ ਠੀਕ ਹੈ ਹਾਂ ਪਹਿਲਾਂ ਕਦੀ ਕਿਸੇ ਪਿੰਡ ਜਾ ਬੈਣਾ ਕਦੀ ਕਿਸੇ ਪਿੰਡ ਜਾ ਬੈਣਾ ਦਿਹਾੜੀ ਹਾਂਜੀ ਉਹ ਕੰਮ ਚੱਲਦਾ ਤਾਂ ਕੀ ਸੀ ਹਾਂਜੀ ਕੋਈ ਅੰਗ ਸਾਗ ਜਿਹੜਾ ਉਹ ਇੰਨਿਆਂ ਨੂੰ ਰੋਟੀ ਦੇ ਸਕਦਾ ਨਹੀਂ ਦੇ ਸਕਦਾ ਅੱਜ ਇੱਥੇ ਤੇ ਭਰ ਕੇ ਅਗਲੇ ਪਿੰਡ ਕਿਤਰਾ ਫਿਰਦੇ ਫਿਰਦੇ ਆ ਹਾਂਜੀ ਹੌਲੀ ਹੌਲੀ ਫਿਰ ਨਿਖੜਦੇ ਵੀ ਪਏ ਹਾਂਜੀ ਵੀ ਅਸੀਂ ਵੀ ਨਿਖੜੇ ਅਤੇ ਉਹ ਮੁੜ ਕੇ ਲੈ ਲਓ ਚਾਹ ਨਿਖੜ ਕੇ ਤੇ ਅਸੀਂ ਪਹਿਲਾਂ ਬੈਠੇ ਚੱਲਣ ਕੇ ਹਾਂਜੀ ਜਿਹੜਾ ਪਹਿਲਾਂ ਸਾਡਾ ਪਿੰਡ ਸੀ ਹਾਂਜੀ ਉੱਥੇ ਵੀ ਅਸੀਂ ਕੀ ਕਰਨਾ ਜਦੋਂ ਉੱਥੇ ਜ਼ਮੀਨ ਕੋਲ ਨਹੀਂ ਜ਼ਮੀਨ ਕੋਲ ਨਹੀਂ ਉੱਥੋਂ ਫਿਰ ਅਸੀਂ ਮੇਰੇ ਨਾਨਕੇ ਨੇ ਕਿਰਤੋਵਾਲ ਹਾਂਜੀ ਅਤੇ ਅਸੀਂ ਇੱਥੇ ਆ ਗਏ ਠੀਕ ਮੇਰਾ ਬਾਪ ਜਿਹੜਾ ਨਾ ਉਦਮੀ ਬਹੁਤ ਸੀ ਅੱਛਾ ਜੀ ਉਹ ਆਉਣ ਕੇ ਅੰਮ੍ਰਿਤਸਰ ਕਾਰਖਾਨੇ 'ਚ ਨੌਕਰੀ ਕਰਨ ਲੱਗ ਪਿਆ ਠੀਕ ਹੈ ਉਹ ਦੇਖਿਆ ਤੁਸੀਂ ਇੱਥੇ ਰਹੋ ਇੱਕ ਮੱਝ ਲੈ ਕੇ ਦੇ ਗਿਆ ਵੀ ਇਹਨੂੰ ਪੱਠੇ ਪਵੇ ਦੁੱਧ ਵੀ ਲਵੋ ਅਤੇ ਮੈਂ ਪੈਸੇ ਤੁਹਾਨੂੰ ਦੇ ਦਿਆ ਕਰਾਂਗਾ ਅੱਛਾ ਜੀ ਇੱਥੇ ਅਸੀਂ ਰਹਿੰਦੇ ਰਹੇ ਠੀਕ ਹੈ ਅਤੇ ਇੱਥੋਂ ਫਿਰ ਪਿੰਡ ਵਾਲੇ ਗਏ ਵੀ ਤੁਹਾਡੇ ਇੱਥੇ ਤੁਹਾਡੀ ਥਾਂ ਰੱਖੀ ਅਤੇ ਤੁਸੀਂ ਇੱਥੇ ਆ ਜਾਓ ਇਹਨਾਂ ਪਿੰਡ ਸਰਦਾਰ ਸੰਸੋ ਨੇ ਇਕੱਠਾ ਕੀਤਾ ਸਾਰਾ ਜਿਹੜੇ ਪਾਸੇ ਘਰ ਦੀ ਅੱਛਾ ਜੀ ਉਹਨੇ ਚਾਰਾ ਮਾਰਿਆ ਠੀਕ ਹੈ ਸਾਨੂੰ ਜਾ ਕੇ ਬੰਦੇ ਲੈ ਕੇ ਇੱਥੇ ਪਿੰਡ ਆ ਗਏ ਹਾਂਜੀ ਹਾਂਜੀ ਮਨਸੀਗੇ 'ਚ ਠੀਕ ਹੈ ਜੀ ਮਲਸੀਆਂ ਪਿੰਡ 'ਚ ਮਗਰੋਂ ਅਸੀਂ ਆਏ ਜਰਾ ਹਾਂਜੀ ਉਹ ਹੌਲੀ ਹੌਲੀ ਬੰਦੇ ਜਿੱਥੇ ਜਿੱਥੇ ਕਿਸੇ ਨੂੰ ਪਤਾ ਲੱਗਾ ਉਹ ਹੌਲੀ ਹੌਲੀ ਲਈ ਆਏ ਪਿੰਡ ਇਕੱਠਾ ਕਰਤਾ ਉਦੋਂ ਦੇ ਬਾਪੂ ਹਾਲਾਤ ਫਿਰ ਕੀ ਜਦੋਂ ਉਦੋਂ ਉੱਥੋਂ ਆਉਣਾ ਪਿਆ ਜਾਂ ਕਹਿ ਲਓ ਭੱਜਣਾ ਪਿਆ ਉਦੋਂ ਉਦੋਂ ਸਾਡੇ ਪਿੰਡ ਤਾਂ ਕੋਈ ਗੱਲ ਨਹੀਂ ਜਿਹੜੇ ਮਗਰੇ ਰਹਿ ਗਏ ਨੇ ਮਗਰਲੇ ਜੀ ਕਈ ਵਿੱਚ ਐਵੇਂ ਰਹਿ ਗਏ ਅਤੇ ਉਹ ਮਾਰੇ ਗਏ ਹਾਂਜੀ ਨਿੱਕਾ ਪਿੰਡ ਸੀ ਉੱਥੋਂ ਦੇ ਦੋ ਭਰਾ ਸੀ ਮੇਹਰਾਂ ਦੇ ਇਹਨਾਂ ਦੇ ਦਲੀਪ ਸੁਰਾਂ ਦੇ ਬਾਹੂ ਹਾਂਜੀ ਮੇਹਰ ਇੱਕ ਦੇ ਨਾਲ ਮੇਹਰ ਸੌਂ ਸੀ ਅਤੇ ਇੱਕ ਦੇ ਨਾਲ ਹੋਰ ਸੀ ਤਾਰਾ ਹੋ ਅਤੇ ਮੇਹਰ ਸੌ ਦੋ ਭਰਾ ਮੁਸਲਮਾਨਾਂ ਨੇ ਮਾਰੇ ਉੱਥੇ ਠੀਕ ਹੈ ਜੀ ਉਹ ਪਾਸਿਓ ਆ ਜਾਂਦੇ ਸੀ ਮਾਰਨ ਵਾਲੇ ਅੱਛਾ ਮਾਰਨ ਵਾਲੇ ਉਹ ਹੋਰ ਜਿਵੇਂ ਦੰਗਿਆਂ ਵਾਲੇ ਹੁੰਦੇ ਆਮ ਜਿਵੇਂ ਕਹਿ ਦਿੰਦੇ ਅੱਜ ਵੀ ਕਹਿ ਦਿੰਦੇ ਮੜੀ ਰੋਜ਼ ਜਿਹੜੇ ਇਕੱਠੇ ਹੋ ਗਏ ਦਾ ਬੰਦੇ ਟੋਲੀ ਉਹ ਇਕੱਠੇ ਹੋ ਗਏ ਪਹਿਲਾਂ ਮੁੜ ਕੇ ਪਿੰਡ ਦੇ ਨੇ ਕਿਸੇ ਨੂੰ ਕਿਸੇ ਨਹੀਂ ਕੁਛ ਆਉਂਦਾ ਜਿਹੜੇ ਪਾਸੇ ਵਾਲੇ ਉਹ ਮਾਰਦੇ ਨੇ ਹਾਂਜੀ ਪਾਸੇ ਵਾਲੇ ਮਾਰਦੇ ਉਹ ਦੋ ਭਰਾ ਮਾਰੇ ਗਏ ਠੀਕ ਹੈ ਜੀ ਅਤੇ ਮੇਰੀ ਤਾਂ ਉਮਰ ਵੀ 9 ਸਾਲ ਸੀ ਮੈਂ ਸਿਰਫ ਸਕੂਲ ਤਾਂ ਜਾਂਦਾ ਹਾਂ ਨਿੱਕੇ ਪਿੰਡ ਸੀ ਸਕੂਲ ਅਤੇ ਵਿੱਚ ਥੇ ਸੀ ਦੋ ਪਿੰਡਾਂ ਦੇ ਅੱਛਾ ਜੀ ਥੇ ਦੇ ਉੱਤੇ ਖਰਾਸ ਸਨ ਹਾਂਜੀ ਅਤੇ ਇੱਕ ਪਾਸੇ ਇੱਧਰਲੇ ਪਾਸੇ ਹੈਗੇ ਸਨ ਮਜ਼ਬੀਆਂ ਦੇ ਘਰ ਅੱਛਾ ਜੀ ਅਤੇ ਦੂਜੇ ਪਾਸੇ ਵਿਹਲਾ ਹੀ ਸੀ ਤਾਂ ਠੀਕ ਹੈ ਜੀ ਉਹ ਪਹਿਲਾਂ ਪਿੰਡ ਉੱਥੇ ਹੁੰਦੇ ਅਤੇ ਇਹ ਕਿਸੇ ਵੇਲੇ ਆਉਂਦੇ ਨੇ ਪਿੰਡ ਥੇ ਹੋ ਗਿਆ ਅੱਛਾ ਜੀ ਘਰ ਦੇ ਤਾਂ ਮਕਾਨ ਲੜਾਈਆਂ ਤਾਂ ਹੁੰਦੀਆਂ ਹੀ ਹਾਂਜੀ ਹਾਂਜੀ ਹਾਂ ਇੱਧਰ ਚਲ ਲੈ ਲਓ ਬਿਸਕੁਟ ਲੈ ਲਓ ਚਲੋ ਅਤੇ ਬਾਪੂ ਜੀ ਫਿਰ ਤੁਸੀਂ ਉਦੋਂ ਬਾਅਦ ਗੇੜਾ ਨਹੀਂ ਮਾਰਿਆ ਉੱਥੇ ਨਾ ਨਾ ਗੇੜਾ ਕਿੱਥੇ ਮਾਰਦਾ ਸੀ ਸਾਰਾ ਵਕਤ ਤਾਂ ਫਿਰ ਅਤੇ ਆਹ ਜਿਹੜੇ ਹੁਣ ਮੁੰਡੇ ਉੱਠੇ ਨੇ ਤਿਆਰ ਕੇ ਨੌਕਰ ਲੱਗੇ ਤਾਂ ਕੰਮ ਸੌਖਾ ਹੋ ਗਿਆ ਮੇਰੇ ਇਕੱਲੇ ਦੇ ਸਿਰ 'ਤੇ ਸਾਰੇ ਪਰਿਵਾਰ ਦਾ ਹੀ ਕੰਮ ਅੱਛਾ ਜੀ ਹਿਸਾਬ ਨਾਲੋਂ ਹਾਂਜੀ ਵੀ ਮੇਰੇ ਤਿੰਨ ਲੜਕੀਆਂ ਸੀ ਤਿੰਨ ਲੜਕੇ ਸਨ ਠੀਕ ਹੈ ਜੀ ਅਤੇ ਮਾਂ ਪਿਓ ਅਤੇ ਮੈਂ ਇਕੱਲਾ ਹੀ ਕਰਦਾ ਵੈਸੇ ਤੁਸੀਂ ਇਹ ਵੀ ਜਵਾਨਗੀ ਗਿਲੋ ਪੀ ਲੈਣ ਮੈਂ ਸਾਂਭ ਲਿਆ ਜੀ ਸਹੀ ਗੱਲ ਆ ਜੀ ਸਹੀ ਗੱਲ ਆ ਕਿਉਂਕਿ ਘਰ ਛੱਡਣਾ ਘਰ ਛੱਡ ਕੇ ਕਿਤੇ ਬਾਹਰ ਜਾ ਕੇ ਕੰਮ ਕਰਨਾ ਉਹ ਔਖਾ ਹੋ ਜਾਂਦਾ ਇੱਕ ਪੂਰਾ ਆਪਦਾ ਸਾਰਾ ਕੁਝ ਛੱਡ ਕੇ ਆ ਜਾਣਾ ਕੁਝ ਛੱਡ ਕੇ ਆਏ ਹਾਂਜੀ ਫਿਰ ਵੀ ਸਾਰਾ ਕੁਝ ਬਣ ਗਿਆ ਪਹਿਲੀ ਵੀ ਬਣੀ ਆ ਅੱਛਾ ਉਹ ਪਹਿਲੀ ਫਿਰ ਉਹਨੀ ਮਿਲ ਗਈ ਨਹੀਂ ਪਹਿਲੀ ਨਹੀਂ ਮੁੱਲ ਲਈ ਆ ਅੱਛਾ ਮੁੱਲ ਲਈ ਇੱਥੇ ਪਿੰਡ ਮਿਸਤਰੀ ਹਾਂਜੀ ਉੱਥੇ ਲਈ ਆ ਅਸੀਂ ਠੀਕ ਹੈ ਜੀ ਠੀਕ ਦਸ ਕਿੱਲੇ ਲੈ ਗਈ ਪਹਿਲੀ ਅੱਛਾ ਜੀ ਅਤੇ ਆਹ ਥਾਂ ਵੀ ਮੁੱਲ ਲੈ ਕੇ ਘਰ ਪਾਏ ਤਿੰਨੇ ਇੱਕ ਨਾਲ ਦਾ ਮੁੰਡੇ ਇੱਕ ਦਾ ਘਰ ਇੱਕ ਆਹ ਘਰ ਆ ਅਤੇ ਤਿੰਨ ਮੁੰਡੇ ਹੀ ਨੇ ਮੇਰੇ ਠੀਕ ਹੈ ਜੀ ਅਤੇ ਹੁਣ ਉੱਥੇ ਜਿਵੇਂ ਕਿ ਬਹੁਤ ਵੀਡੀਓ ਆਉਂਦੀਆਂ ਉੱਥੋਂ ਵਾਲੇ ਜਿਹੜੇ ਬਜ਼ੁਰਗ ਆ ਯਾਦ ਕਰਦੇ ਇੱਧਰ ਜਿਹੜੇ ਆਪਣੇ ਬਜ਼ੁਰਗ ਆ ਗਏ ਜਿਹੜੇ ਉਹਨਾਂ ਦੇ ਨਾਲ ਦੇ ਸੰਗੀ ਸਾਥੀ ਸੀ ਤੁਹਾਡੇ ਨਹੀਂ ਕੋਈ ਜਾਂ ਤੁਹਾਨੂੰ ਯਾਦ ਕਰਨ ਵਾਲੇ ਜਾਂ ਤੁਸੀਂ ਕਿਸੇ ਨੂੰ ਯਾਦ ਕਰਦੇ ਹੋ ਕਿਹਨੇ ਕਰਦਾ ਉਹ ਚਲੇ ਗਏ ਸਨ ਜਿਹੜੇ ਜਿਹੜੇ ਸਾਡੇ ਗੁਆਂਢ ਜਲਾਏ ਉਹ ਕਸੂਰ ਚਲੇ ਗਏ ਸਨ ਅੱਛਾ ਜੀ ਉੱਠ ਕੇ ਚਲੇ ਗਏ ਇੱਥੋਂ ਉਹ ਸਾਰੇ ਠੀਕ ਹੈ ਇੱਥੇ ਸਾਡੇ ਗੁਆਂਢ ਹੁਣ ਕੋਈ ਉਹ ਵੀ ਚਲੇ ਗਏ ਉਹਦੇ ਅਸੀਂ ਇੱਥੇ ਕੀ ਕਰਦਾ ਕਿਉਂ ਜਿਹੜੇ ਲਾਕੀ ਲੋਕ ਹੁੰਦੇ ਨੇ ਪਿੰਡ ਦੇ ਸਿਰ 'ਤੇ ਪਲਦੇ ਨੇ ਹਾਂਜੀ ਅਤੇ ਜਦੋਂ ਉਹ ਲੋਕ ਉੱਠ ਗਏ ਤਾਂ ਉਹਨਾਂ ਨੂੰ ਤਾਂ ਜਾਣਾ ਹੀ ਪੈਣਾ ਉਹਨਾਂ ਨੂੰ ਕਸੂਰ ਜਾ ਕੇ ਖੱਡੀਆਂ ਖੁੱਡੀਆਂ ਲਾ ਲਈਆਂ ਆਪਦੀਆਂ ਠੀਕ ਹੈ ਜੀ ਤੁਸੀਂ ਜਿਵੇਂ ਦੱਸਦੇ ਸਾਰਾ ਪਿੰਡ ਸਿੱਖਾਂ ਦਾ ਫਿਰ ਸਾਰਾ ਪਿੰਡ ਹੀ ਉੱਠ ਕੇ ਆ ਗਿਆ ਫਿਰ ਉਹ ਸਾਰਾ
ਸਾਰਾ ਪਿੰਡ ਦੋਵੇਂ ਪਿੰਡ ਇਕੱਠੇ ਆਏ। ਅੱਛਾ ਜੀ। ਹਾਂ ਉਹ ਕਾਂਢੇ ਵਾਲੇ ਪਹਿਲੋਂ ਕਾਂਢੇ ਵਾਲੇ ਸਾਡੇ ਪਿੰਡ ਆ ਗਏ ਉੱਠ ਕੇ ਤੇ ਉਹ ਆਖਣ ਵੀ ਤੁਸੀਂ ਘਰ ਛੱਡ ਕੇ ਆ ਗਏ ਜੇ ਤੇ ਅਗਲੇ ਦਿਨ ਆਪ ਨੂੰ ਵੀ ਤੁਰਨਾ ਪਿਆ ਪਿਆ। ਅੱਛਾ ਜੀ। ਇਤਨਾ ਹੋਇਆ ਕੰਮ ਤੇ ਬਾਪੂ ਉਦੋਂ ਇੱਕ ਮਾਰਨ ਮਰਾਉਣ ਬਹੁਤ ਹੋਇਆ, ਬਹੁਤ ਲੋਕਾਂ ਦਾ ਹੋਇਆ, ਕਤਲੇਆਮ ਹੋਇਆ ਤੇ ਉਹ ਕਹਿੰਦੇ ਰਹੇ ਨੇ। ਅਸੀਂ ਜਦੋਂ ਉੱਥੋਂ ਪਿੰਡੋਂ ਨਿਕਲੇ ਆ ਨਾ ਤੇ ਪਿੰਡ ਕੁੱਲੇ ਕੇ ਆਇਆ ਰਾਹ 'ਚ ਤੇ ਉੱਥੇ ਕਿਤੇ ਬਾਹਰ ਖੇਤਰ 'ਚ ਗਿਆ ਸੀ ਜਿਮੀਦਾਰ ਤੇ ਉਹਨੂੰ ਵੱਢ ਕੱਤਿਆ ਉਹਨਾਂ ਨੇ। ਅੱਛਾ ਜੀ। ਉਹ ਲੁਹਾਉਣ ਹੋਇਆ ਤਾਂ ਆਖਿਆ ਭਰਾਓ ਵੇਖ ਲਓ ਮੇਰੇ ਨਾਲ ਕਰ ਲਓ ਜੋ ਗੱਲ ਕਰੀ ਘੜੀ ਵੀ ਪੈਰ ਲਈ ਗਾਏ ਮੇਲਾ। ਅੱਛਾ ਜੀ। ਮੈਂ ਇੰਡੀਆ ਪਿੰਡ ਜ਼ਿਆਦਾ ਸੱਟਾਂ ਮੈਂ ਬਚ ਨਹੀਂ ਸਕਦਾ, ਪਾਣੀ ਥੱਲੇ ਕੀਤੋ ਉਹਨੇ ਤੇ ਲਹੂ ਵਗੀ ਜਾਵੇ। ਅੱਛਾ ਜੀ। ਅੱਖੀ ਵੇਖਿਆ ਸੀ ਉਦੋਂ ਨਾਲ ਤੁਹਾਡੀ ਉਮਰ ਛੋਟੀ ਜੀ ਉਮਰ 'ਚ ਫਿਰ ਇਹੋ ਜਿਹਾ ਕੁਛ ਦੇਖਣਾ, ਫਿਰ ਡਰੇ ਵੀ ਬਹੁਤ ਹੋਣਗੇ ਉਦੋਂ, ਡਰ ਵੀ ਲੱਗਦਾ ਸੀ ਵੀ ਆਪ ਨੂੰ ਵੀ ਨਾ ਕੋਈ ਕੋਈ ਕਰ ਜਾਵੇ ਇਹੋ ਜਿਹਾ ਕੁਛ। ਅਤੇ ਉਹ ਮੈਂ ਨਾ ਉੱਥੋਂ ਫਿਰ ਅਸੀਂ ਰਾਤ ਰਹੇ ਪਿੰਡ। ਅੱਛਾ ਜੀ। ਅਤੇ ਅੱਗੋਂ ਪੁਲ ਡੱਟਿਆ ਕੋਈ ਮੁਸਲਮਾਨਾਂ ਨੇ ਮਿਲਟਰੀ ਬਾਈ। ਹਾਂਜੀ। ਵੀ ਉਹ ਨਾ ਮਾਰ ਦੇ ਲਿਆ ਸੀ ਸਾਨੂੰ। ਅੱਛਾ ਜੀ। ਅਤੇ ਫਿਰ ਉਹ ਕੋਈ ਬੰਦਾ ਹੈਗਾ ਸੀ ਲੱਖੂ ਦੁੱਲੂ ਬਦਮਾਸ਼ ਹੈਗਾ ਸੀ। ਅੱਛਾ ਜੀ। ਉਹਨੇ ਆਖਿਆ ਤੁਸੀਂ ਇੱਥੋਂ ਹੀ ਲੜਾ ਨਹੀਂ, ਮੈਂ ਰਾਹ ਸਾਫ਼ ਕਰਾਂਗਾ। ਉਹ ਗਿਆ ਉਹ ਬੰਦੇ ਲੈ ਕੇ ਅਤੇ ਉਹਨੇ ਜਾ ਕੇ 6 ਬੰਦੇ ਸੀ ਮਿਲਟਰੀ ਦੇ ਸਾਰੇ ਉਹ ਮਾਰ ਦਿੱਤੇ। ਅੱਛਾ ਜੀ। ਅਤੇ ਆਖਣ ਲੱਗਾ 2 ਘੰਟਿਆਂ ਦੇ ਵਿੱਚ ਵਿੱਚ ਨਿਕਲ ਜਾਓ, ਨਹੀਂ ਤਾਂ ਸਵੇਰੇ ਫਿਰ ਹੋਰ ਆ ਜਾਣੀ ਜੇ। ਫਿਰ 2 ਘੰਟੇ ਨਿਕਲ ਕੇ ਤੜਕੇ ਹੀ ਰਾਜ ਹੋ ਕੇ ਆ ਗਏ। ਅੱਛਾ। ਉੱਥੇ ਮਿਲਟਰੀ ਵਾਲਿਆਂ ਨੂੰ ਵੀ ਫਿਰ ਮਾਰਿਆ ਲੋਕਾਂ ਨੇ? ਹੈਂ। ਮਿਲਟਰੀ ਜਿਹੜੀ ਮੁਸਲਮਾਨ ਸੀ ਨਾਲ ਉਹ ਰੋਕਦੀ ਕਰਦੀ ਸੀਗੀ। ਅੱਛਾ ਜੀ। ਠੀਕ ਹੈ। ਉਹ ਫਿਰ ਰਾਤ ਉੱਥੇ ਰਹੀ ਤਾਂ ਦੇ ਸਾਡੇ ਪਿੰਡ ਕੋਲ ਬੰਦੂਕਾਂ ਵਧਾ ਘਾਏ ਗਈਆਂ ਸੀ ਵਿੱਚ ਬੰਦੀਆਂ ਦੇ ਅਤੇ ਉਹ ਲੈ ਕੇ ਮੋਟਰਸਾਈਕਲਾਂ 'ਤੇ ਆਲੇ ਦੁਆਲੇ ਫਿਰਦੇ ਸੀ ਵੀ ਕੋਈ ਪਾਸਿਓ ਪਵੇ ਨਾ। ਹਾਂਜੀ। ਅਤੇ ਤੜਕੇ ਹੀ ਫਿਰ ਉਹਨੇ ਆਖਿਆ ਹੁਣ ਨਿਕਲ ਚਲੋ ਉੱਧਰ, ਉਹ ਮੈਂ ਖਤਮ ਕਰ ਰਿਹਾ, ਰਾਹ ਸਾਫ਼ ਕਰ ਰਿਹਾ। ਅੱਛਾ ਜੀ। ਅਤੇ ਦਿਨ ਚੜ੍ਹਦੇ ਨੂੰ ਰਾਜ ਹੋ ਕੇ ਆ ਗਏ, ਇੱਕ ਰਾਤ ਹੀ ਉੱਥੇ ਰਹਿਣ ਲੱਗੀ ਸਜਾਦੇ ਚੱਲ ਗਏ। ਠੀਕ ਹੈ ਜੀ। ਇਹ ਤਾਂ ਜਿਹੜਾ ਜਿਵੇਂ ਲਾਹੌਰ ਦੇ ਨੇੜੇ ਵਾਲੇ ਹੋ ਗਏ ਹੈ ਨਾ, ਜਿਹੜੇ ਬਾਹਲੇ ਦੂਰ ਬੈਠੇ ਸੀ ਉਹਨਾਂ ਦਾ ਆਉਣਾ ਤਾਂ ਬਹੁਤ ਔਖਾ ਹੋ ਗਿਆ ਹੋਊਗਾ। ਬੜਾ ਔਖਾ ਹੋ ਗਿਆ ਉਹਦੇ ਦੇ ਜੀਵ ਵੀ ਬੜੇ ਕਈ ਕਿਸੇ ਤਰ੍ਹਾਂ ਹੋਇਆ, ਖੁਰੇ ਕਿਵੇਂ ਆਏ ਨੇ ਕਿਵੇਂ ਆਏ। ਹਾਂਜੀ। ਪਰ ਚੋਖੇ ਜੁੜੇ ਛੇਤੀ ਨਾਲ ਤਾਂ ਥੋੜ੍ਹੇ ਬੰਦੇ ਨਹੀਂ ਪੀਦੇ, ਪਰ ਮਿਲਟਰੀਆਂ ਵਿੱਚ ਪੈਂਦੀਆਂ ਸਨ। ਹਾਂਜੀ। ਨਾਲ ਉਹਨਾਂ ਦੀਆਂ ਮੁਸਲਮਾਨ ਕਈ ਹੁੰਦੇ ਨੇ ਚੜੀਤੇ ਵਿੱਚ ਵੀ ਚਲੋ। ਹਾਂ ਸਹੀ ਗੱਲ ਆ ਜੀ। ਤੇ ਸਾਰੇ ਨਹੀਂ ਇੱਕੋ ਜਿਹੇ ਹੁੰਦੇ, ਚੰਗੇ ਵੀ ਹੁੰਦੇ, ਚੰਗੇ ਵੀ ਹੁੰਦੇ, ਮਾੜੇ ਵੀ ਹੁੰਦੇ ਨੇ ਬੰਦੇ ਸਾਰੇ। ਹੁਣ ਕਿਹੜੇ ਸਾਰੇ ਚੰਗੇ ਨੇ, ਕੋਈ ਸਾਰੇ ਮਾੜੇ ਨਹੀਂ ਸਾਰੇ? ਬਿਲਕੁਲ ਜੀ ਬਿਲਕੁਲ। ਇਹ ਤਾਂ ਹੈਗਾ, ਇਹ ਤਾਂ ਚੱਲਦਾ, ਇਹ ਤਾਂ ਦੁਨੀਆ ਦੀ ਰੀਤ ਚੱਲਦੀ ਆਈ ਆ। ਅੱਡੋ ਅੱਡ ਬੰਦੇ ਦਾ ਅੱਡੋ ਅੱਡ ਸੁਭਾਅ ਆ ਆਪੋ ਆਪਣਾ। ਬਿਲਕੁਲ ਜੀ। ਹਾਂ। ਤੇ ਹੁਣ ਨਹੀਂ ਦਿਲ ਕਰਦਾ, ਹੁਣ ਤਾਂ ਸਾਰਾ ਕੁਛ ਹੋ ਗਿਆ, ਹੁਣ ਗੇੜਾ ਮਾਰਿਆ ਅੱਗੇ ਲਾਹੌਰ ਉੱਧਰ ਪਾਕਿਸਤਾਨ ਸਾਰੇ। ਅਤੇ ਫਿਰ ਮੈਂ ਕਹਿੰਦਾ ਹੁਣ ਹਿਸਾਬ ਲਾ ਲਓ ਥੋੜ੍ਹਾ ਚਿਰ ਹੀ ਹੋਇਆ ਵਿਹਲਾ ਹੋਇਆ ਹੈ। ਹਾਂਜੀ। ਇਹ ਆਪ ਆਪਣੇ ਕੰਮ 'ਤੇ ਲੱਗੇ ਅਤੇ ਹੁਣ ਮੈਨੂੰ ਵਿਹਲ ਮਿਲਿਆ ਲੈ ਚੱਲੋ। ਹਾਂਜੀ 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 ਦੇਖ ਆਈਏ। ਹਾਂਜੀ। ਕੱਲ੍ਹ ਨਾ 1.5 ਮਿਲ ਮੈਂ ਇਕੱਲਾ ਤੁਰ ਕੇ ਚਲਾ ਜਾਂਦਾ ਉੱਥੇ, ਮੇਰੇ ਕੱਛ ਚੀਰਾ ਦਿੱਤਾ, ਮੈਂ ਉਹਦੀ ਪੱਟੀ ਕਰਾਉਣ ਜਾਂਦਾ ਰਿਹਾ ਆਪ ਹੀ। ਅੱਛਾ ਜੀ। ਠੀਕ ਹੈ। ਸਾਲ ਦੇ ਵੀ ਸਾਰੀ ਸੁਰਤ ਹੁੰਦੀ ਹੈ? ਹਾਂਜੀ ਹਾਂਜੀ ਬਿਲਕੁਲ ਜੀ। ਕਿ ਨਹੀਂ ਹੁੰਦੀ? ਨਾ ਨਾ ਜੀ ਬਿਲਕੁਲ ਪੂਰੀ ਸੁਰਤ ਜੀ ਪੂਰੀ। ਉੱਥੇ ਰਾਉਂਡ ਲਵਾਇਆ ਸੀ ਉਹ ਇੱਦਾਂ ਦਾ। ਹਾਂਜੀ। ਉਹਨੇ ਫਿਰ ਚੀਰਾ ਦੇ ਕੇ ਅਤੇ ਉਹ ਰੇਸ਼ਾ ਕੱਢਿਆ। ਹਾਂਜੀ। ਅਤੇ ਪੱਟੀ ਕਰਦੇ ਰਹੇ, 2-3 ਦਿਨ ਬਾਅਦ ਪੱਟੀ ਆਪ ਕਰਾਉਣ ਜਾਂਦਾ ਰਿਹਾ। ਠੀਕ ਹੈ। ਇਹ ਜਦੋਂ ਪਾਕਿਸਤਾਨ ਬਣਿਆ ਉਦੋਂ 2-3 ਸਾਲ ਪਹਿਲੋਂ। ਅੱਛਾ ਜੀ। ਪਾਕਿਸਤਾਨ ਤਾਂ ਬਾਅਦ 'ਚ ਬਣਿਆ। ਬਾਅਦ 'ਚ ਬਣਿਆ। ਹਾਂਜੀ ਸਹੀ ਆ। ਅਤੇ ਉੱਥੇ ਫਿਰ ਪੜ੍ਹਾਈ ਲਿਖਾਈ ਉੱਥੇ ਕੀਤੀ ਜੀ? ਹੈਂ। ਪੜ੍ਹਾਈ ਲਿਖਾਈ ਉੱਥੇ ਕੀਤੀ? ਨਹੀਂ, ਉੱਥੇ ਤਾਂ ਦੋ ਕੁ ਜਮਾਤਾਂ ਹੀ ਪੜ੍ਹਿਆ। ਅੱਛਾ ਜੀ। ਅਲਫਬੇ ਸੀ ਤਾਂ ਇਹਦੇ ਰਲ ਕੇ ਫਿਰ ਪੰਜਾਬੀ 'ਚ ਉਹ ਕੰਮ, ਇਹਦੇ ਵੀ ਮੈਂ 5 ਹੀ ਪੜ੍ਹਿਆ। ਅੱਛਾ ਜੀ। ਫਿਰ ਮੇਰੇ 'ਤੇ ਕੰਮ ਸਾਰਾ ਪੈ ਗਿਆ, ਬਾਪ ਮੇਰਾ ਬੁੱਢਾ ਹੋ ਗਿਆ ਤਾਂ ਆਖਣ ਲੱਗਾ ਵੀ ਇੱਥੋਂ ਨਹੀਂ ਕੰਮ ਹੁੰਦਾ। ਅੱਛਾ ਜੀ। ਮੈਂ ਚੱਲ ਠੀਕ ਆ। ਠੀਕ ਹੈ। ਮੈਂ ਫਿਰ ਕੀਤਾ ਸਾਰਾ ਕੰਮ। ਠੀਕ ਹੈ ਜੀ ਠੀਕ ਹੈ। ਬੱਜਾ ਵੀ ਰੱਖੀ ਆ, ਪੈਲੀ ਵੀ ਠੇਕੇ ਹਿੱਸੇ ਲੈ ਕੇ ਅਤੇ ਕੰਮ ਇਹਨਾਂ ਨੂੰ ਆਖਿਆ ਤੁਸੀਂ ਨਹੀਂ ਕੰਮ ਕਰਦਾ, ਪੜ੍ਹੋ। ਹਾਂਜੀ ਹਾਂਜੀ। ਪੜ੍ਹਾਏ ਇਹਨਾਂ ਬੀਜੇ ਬੀਜੇ ਕਰਾਈ ਸਹੀ ਗੱਲ ਆਈ ਇਹਨਾਂ ਨੂੰ ਵੀ। ਹਾਂਜੀ। ਹਾਂ ਠੀਕ ਹੈ। ਵਧੀਆ। ਲੜਕੀਆਂ ਨੂੰ ਵੀ 11 ਜਮਾਤਾਂ ਹਾਇਰ ਸੈਕੰਡਰੀ ਸਕੂਲ ਸੀ ਜ਼ਿਆਦਾ ਮਨਸੀਆਂ। ਅੱਛਾ ਜੀ। ਉੱਥੇ ਉਹਨਾਂ ਨੂੰ ਵੀ ਪੜ੍ਹਾਇਆ ਨਾਲ। ਠੀਕ ਹੈ। ਇਹ ਨਹੀਂ ਕਰਦਾ ਵੀ ਮੈਂ ਕੀਤਾ ਨਹੀਂ ਕੀਤਾ, ਬੜਾ ਮੈਂ। ਹਾਂਜੀ ਹਾਂਜੀ। ਜਿੰਨਾ ਬੰਦੇ ਆਉਂਦੇ ਹੁੰਦੇ ਸੀ ਤੇਰੇ 'ਚ ਜਿੱਦ ਲੋਹੇ ਦੀ ਆ, ਤੂੰ ਬਹਿੰਦਾ ਹੀ ਨਹੀਂ ਕਿਸੇ ਵੇਲੇ, ਸਾਰਾ ਦਿਨ ਪੱਠੇ ਹੀ ਢੋਈ ਜਾਣੇ ਆ, 4-5 ਮੱਝਾਂ ਰੱਖੀਆਂ। ਹਾਂਜੀ। ਕਿ ਪੈਸਾ ਕਦੋਂ ਆਉਣਾ ਤੇ ਫੇਰ ਹੀ ਫੇਰ ਹੀ ਆ। ਹਾਂਜੀ। ਇਹ ਪੜ੍ਹਨ ਉਤਲਾ ਨੇੜੇ ਪੜ੍ਹਨ ਨਾਲ ਥੋੜ੍ਹਾ ਪੈਸਾ ਚਾਹੀਦਾ। ਸਹੀ ਗੱਲ ਆ ਜੀ। ਬਾਕੀ ਤੁਸੀਂ ਹਾਲਾਤ ਉਹ ਵੇਖੇ ਸੀ ਨਾ, ਆਪਦਾ ਘਰ ਟੁੱਟਦਾ ਵੇਖਿਆ ਸੀਗਾ, ਸਾਰਾ ਕੁਛ ਛੱਡ ਕੇ ਆਉਣਾ ਉਹ ਬਹੁਤ ਔਖਾ ਹੋ ਜਾਂਦਾ ਜੀ ਸਾਰਾ। ਅਸੀਂ ਤਾਂ ਜਿੱਧਰੇ ਬਾਹਰ ਕਹਿ ਗਏ ਸੱਜੋ ਲਾਹੌਰੋਂ ਹੋਏ ਆ ਗਏ ਨਾ ਸਾਡੇ ਉੱਠ ਕੇ ਸਜਾਦੇ। ਹਾਂਜੀ। ਇੱਥੇ ਆਖਣ ਲੱਗੇ 4 ਦਿਨ ਦਾ ਹੀ ਰੌਲਾ ਹੈ,
ਇਹਨਾਂ ਕਣਕ ਲੋਕਾਂ ਤੋਂ ਖਰੀਦ ਕੇ 150 ਮਣ ਕਣਕ ਘਰ ਰੱਖਿਆ। ਅੱਛਾ ਜੀ, ਜਿਹੜਾ ਕੋਲ ਪੈ ਉਹ ਵੀ ਲਾਏ। ਅੱਛਾ, ਉਹ ਵੀ ਲਾਇਆ ਉੱਥੇ ਹੀ ਚਾਚੇ ਆਏ ਜਦੋਂ ਤੋਂ, ਉਹ ਵੀ ਲਾਏ ਵੀ ਪਿਆ ਵੀ ਕੋਲ ਕੋਨਾ ਰਹਿ ਜੇ। ਉਹ ਤਾਂ ਬਾਅਦ 'ਚ ਅਸੀਸਾਂ ਦਿੰਦੇ ਉਹਨੇ ਵੀ ਆਹ ਬੰਦੇ ਤਗੜੇ ਸੀਗੇ ਘਰੋਂ ਜਿਹੜਾ ਇੰਨਾ ਕਣਕ ਕੁਣਕ ਰੱਖੀ ਬੈਠੇ ਆ। ਮੁੱਲ ਲਈ ਆਪ ਤਾਂ ਅਸੀਂ ਪੈਰੀ ਦੇਣੀ ਹੈ ਨਾ ਕਿਸੇ ਨੂੰ ਬੋਲਦੇ ਤੇ ਥੋੜ੍ਹੇ ਆਉਂਦੇ ਸੀ ਇੱਥੇ ਹੈਗੀ ਸੀ 9 ਕਿੱਲੀ ਪੈਰੀ। ਹਾਂਜੀ, ਅੱਜ ਇੰਨੇ ਵਿੱਚੋਂ ਕੀ ਹੋਣੇ। ਬਿਲਕੁਲ ਜੀ। ਹਾਂ, ਉੱਥੇ ਜਿਹੜਾ ਫਿਰ ਬਾਗ ਲੱਗਾ ਉਹ ਬਾਗ ਕਾਹਦਾ ਸੀ? ਬਾਗ ਸਾਰੇ ਚੀਜ਼ਾਂ ਦਾ, ਅੰਬ ਜਾਮ ਨੂੰ ਸੰਤਰਾ ਸਾਰਾ ਕੁਛ ਹੀ ਸੀ। ਅੱਛਾ ਜੀ। 7 ਕਿੱਲੇ ਥਾਂ ਸੀ ਲਾਹੌਰ ਦੇ ਕੋਲੇ ਜਾਂ ਲਾਹੌਰ 'ਚ। ਉਹ ਦਰਿਆ ਜਿਹੜਾ ਦਰਿਆ ਸੀ ਬਹਿਣ ਦੇ ਕੰਢੇ ਦੇ ਉੱਤੇ ਸੀ, ਪਰ ਇੱਕ ਪਾਸੇ ਸ਼ਹਿਰ ਸੀ। ਹਾਂਜੀ, ਪਰੇਟ ਜਿੱਥੇ ਗੁਰਦੁਆਰਾ ਹੈ, ਅਸੀਂ ਦੂਜੇ ਪਾਸੇ। ਠੀਕ ਹੈ। ਹਾਂ, ਇਸ ਤਰ੍ਹਾਂ ਦਰਿਆ 'ਤੇ। ਹਾਂ, ਅਸੀਂ ਜਦੋਂ ਇੱਥੇ ਜਾ ਕੇ ਉਤਰਦੇ ਹਾਂ ਤਾਂ ਇੱਥੋਂ ਸਾਨੂੰ ਪਰੇਡ ਆਉਂਦੇ ਸੀ ਉਹਨੂੰ, ਉੱਥੇ ਰੁੱਖ ਰਾਖੀ ਸਾਰੀ ਵਿਹਲੀ ਥਾਂ ਅਸੀਂ। ਅੱਛਾ ਜੀ। ਅਤੇ ਉੱਥੋਂ ਤੁਰ ਕੇ ਹੈਗਾ ਚਲੇ ਜਾਣਾ ਪੋਲ ਟੱਪ ਕੇ ਅਤੇ ਆਪਦੇ ਘਰ। ਠੀਕ ਹੈ ਜੀ। ਅਤੇ ਲਾਹੌਰ ਤੋਂ ਇਹ ਪਿੰਡ ਕਿੰਨਾ ਦੂਰ ਸੀ ਤੁਹਾਡਾ? 20 ਮੀਲ। 20 ਮੀਲ 'ਤੇ? ਹਾਂ ਠੀਕ। 18 ਮੀਲ ਕਰਨਾ ਸੀ ਅਤੇ 2 ਮੀਲ ਹੈਗਾ ਪਿੰਡ ਦੇ ਅੰਦਰ। ਠੀਕ ਹੈ ਜੀ। ਲਾਹੌਰੋਂ 18 ਮੀਲ ਕਰਨਾ। ਅੱਛਾ ਜੀ, ਉੱਥੇ ਸਟੇਸ਼ਨ ਸੀ? ਹੈਂ, ਸਟੇਸ਼ਨ ਸੀ ਉੱਥੇ? ਨਹੀਂ, ਕਸਬਾ ਸੀ। ਕਸਬਾ ਸੀ? ਅੱਛਾ, ਠਾਣਾ ਸੀ। ਠਾਣਾ ਸੀ? ਅੱਛਾ, ਕਰਨਾ। ਠੀਕ ਹੈ ਜੀ। ਅਤੇ ਉਦੋਂ ਨਾ 18 ਮੀਲ ਜਗ੍ਹਾ ਕਸੂਰ ਸੀ। ਹਾਂਜੀ, 36 ਮੀਲ ਇੱਥੇ ਇੱਕ ਬੱਸ ਜਾਂਦੀ ਸੀ ਅਤੇ ਇੱਕ ਆਉਂਦੀ ਸੀ, ਮਗਰ ਉਹਦਾ ਲੰਬੀ ਹੁੰਦੀ ਸੀ ਅੱਗ ਵਾਲੀ। ਅੱਛਾ ਜੀ। ਕੋਈ 1 ਜਾਂ 2 ਦਿਹਾੜੀ ਬੱਸਾਂ ਜਾਂਦੀਆਂ, ਕੋਈ ਬੱਸਾਂ ਬੁੱਸਾਂ ਕੋਲ ਨਹੀਂ ਗੱਲ ਜੀ। ਹਾਂਜੀ, ਲੋਕ ਘੋੜੀਆਂ ਰੱਖਦੇ ਸਨ। ਠੀਕ ਹੈ। ਤਗੜੇ ਬੰਦੇ ਘੋੜੀ 'ਤੇ ਜਾਂਦੇ ਸੀ। ਹਾਂਜੀ ਹਾਂਜੀ ਹਾਂਜੀ। ਆਪਾਂ ਉਹ ਇੱਥੇ ਵੀ ਉਹੀ ਹਾਲ ਸੀਗਾ ਘੋੜੀਆਂ ਦਾ, ਬੱਸਾਂ ਦਾ। ਹੁਣ ਤਾਂ ਘੋੜੀਆਂ ਦੀ ਕੋਈ ਲੋੜ ਹੀ ਨਹੀਂ। ਹੁਣ ਤਾਂ ਕਾਰਾਂ ਲੋਕਾਂ ਰੱਖੀਆਂ ਨੇ, ਘੋੜੀ ਨੂੰ ਫਾਇਦੇ। ਗੱਲ ਸਹੀ ਹੈ ਜੀ। ਉਹ ਤੁਸੀਂ ਫਿਰ ਘੋੜੀ ਤਾਂ ਤੁਸੀਂ ਵੀ ਰੱਖੀ ਹੋਊਗੀ ਪਹਿਲਾਂ? ਨਾ ਰੱਖੀ ਨਹੀਂ। ਨਾ ਨਾ, ਅਸੀਂ ਡੰਗਰਾਂ ਵਾਲੇ ਪਾਸੇ ਹੀ ਨਹੀਂ ਹੋਏ। ਅੱਛਾ ਜੀ। ਰੱਜਦੇ ਰਾਣ ਕੇ ਮੱਝਾਂ ਰੱਖੀਆਂ। ਅੱਛਾ, ਵੀ ਆਪਦਾ ਉਹਦੇ 'ਚੋਂ ਦੁੱਧ ਵੀ ਦੇ ਕੇ ਅਤੇ ਆਪਦਾ ਟਾਈਮ ਤੋਰਿਆ। ਠੀਕ ਹੈ। ਪੈਲੀ ਨਾ ਆਈ ਤਾਂ ਫਿਰ ਕੰਮ ਤਾਂ ਕਰਨਾ। ਹਾਂਜੀ ਹਾਂਜੀ। ਪੈਲੀ ਉੱਥੋਂ ਵਾਲੀ ਫਿਰ ਜਮਾਂ ਹੀ ਨਹੀਂ ਮਿਲੀ ਇੱਧਰ ਆ ਕੇ ਜਾਂ? ਉਹ ਸਮਾਧਾਂ ਸੀ ਨਾ, ਡੇਰੇ ਸਾਰੇ ਡੇਰੇ ਸੀਗੇ, ਡੇਰੇ ਸਨ। ਠੀਕ ਹੈ। ਸਾਡੇ ਵੱਡੇ ਜਿਹੜੇ ਸਾਡੀ ਜਾਤ ਹੈ ਬਰਾਗੀ, ਇਹ ਡੇਰੇ ਦਿੰਦੇ ਸਨ। ਠੀਕ ਹੈ ਜੀ। ਹਾਂ, ਇਹ ਹੁਣ ਵਾਲੀ ਗੱਲ ਨਹੀਂ। ਠੀਕ ਹੈ। ਤੁਸੀਂ ਇੱਕ ਗੱਲ ਸੁਣਾਉਂਦੇ ਵੀ ਤੁਹਾਨੂੰ 30-30 ਕਿੱਲੇ ਮਿਲੇ ਸੀ ਤੁਹਾਡੇ 'ਚੋਂ, ਇੱਕ ਨੂੰ ਉਹਨੂੰ 100 ਕਿੱਲਾ ਮਿਲਿਆ ਸੀ, ਹੈ ਨਾ? ਉਹੀ ਸੀਤਾਰਾਮ ਪੰਡਿਤ ਹੈਗਾ ਸੀ ਬਰਾਗੀ ਇੰਦਰ ਦਾ, ਮੱਧ ਪ੍ਰਦੇਸ਼ ਦਾ। ਹਾਂਜੀ। ਅਤੇ ਉਹ ਗਿਆ ਸੀ ਅਤੇ ਉਹ ਕਰਨੀ ਵਾਲਾ ਸੀ, ਉਹਨੂੰ ਦਿੱਤਾ 100 ਕਿੱਲਾ। ਅੱਛਾ ਜੀ। ਦੂਜਿਆਂ ਨੂੰ ਸਾਰੇ 25-25, 30-30 ਕਿੱਲੇ ਦਿੱਤੇ। ਉਹ ਸੁਣਾਇਓ ਗੱਲ, ਕਿਵੇਂ ਦਿੱਤਾ ਸੀ ਉਹ? ਉਹਨੇ ਨਾ ਅਟਕ ਦਰਿਆ 'ਚ ਰਾਹ ਲੈ ਕੇ ਦਿੱਤਾ ਪਹਿਲੋਂ ਦਾ। ਅੱਛਾ ਜੀ। ਅਤੇ ਫਿਰ ਆਖ ਲੱਗਾ ਚਲੋ ਠੀਕ ਲੰਘ ਗਿਆ, ਅਤੇ ਫਿਰ ਆਖ ਲੱਗੇ ਉਹ ਪਾਣੀ ਖੋਰੇ ਪਿੱਛੋਂ ਹੀ ਘੱਟ ਗਿਆ, ਇਹਦੇ ਕੀ ਹੋ ਗਿਆ? ਫਿਰ ਮਨ 'ਚ ਸ਼ੰਕਾ। ਫਿਰ ਉਹਨੇ ਆਖਿਆ ਵੀ ਇਹਨਾਂ ਨੇ ਲਾਹੌਰ 'ਤੇ ਜਦੋਂ ਚੜ੍ਹਾਈ ਕੀਤੀ ਇਹਨਾਂ 'ਤੇ, ਉਹਨਾਂ ਦੇ ਹੁਣ ਦੱਸ। ਹਾਂਜੀ। ਠੀਕ ਹੈ ਜੀ, ਆਪਣੀ ਜਿੱਤ ਹੋ ਜਾਏਗੀ ਕਿ ਨਹੀਂ? ਉਹਨਾਂ ਦੀ ਜਿੱਤ ਹੋ ਜਾਏਗੀ। ਅੱਛਾ ਜੀ। ਉਹਨੇ ਆਖਿਆ ਅਤੇ ਨਾਲੇ ਉਹ ਹੈਗੇ ਵੀ, ਉਹ ਵੀ ਸਿੱਖ ਅਤੇ ਇਹ ਵੀ ਸਿੱਖ ਸੀ, ਉਹ ਭੰਗੀ ਮਿਸਲ ਸੀ। ਹਾਂਜੀ। ਅਤੇ ਉਹਨੇ ਆਖਿਆ ਅੱਛਾ, ਅਤੇ ਫਿਰ ਇਹ ਦੱਸੋ ਵੀ ਕਿਹੜੇ ਦਰਵਾਜ਼ੇ ਸੜੇ ਆਪਾਂ ਅੰਦਰ ਜਾਵਾਂਗੇ? ਹਾਂਜੀ। ਉਹਦਾ ਇਹ ਨਹੀਂ ਰਾਜਾ, ਮੈਂ ਦੱਸਣਾ। ਹਾਂਜੀ। ਤੂੰ ਫਿਰ ਉਹ ਤੈਨੂੰ ਦੱਸ ਦਿੱਤਾ, ਤੂੰ ਜਾਣ ਕੇ ਨਹੀਂ ਲੰਘਣਾ। ਇਹ ਨਹੀਂ ਦੱਸਣਾ ਮੈਂ, ਤੁਸੀਂ ਕਾਗਜ਼ 'ਤੇ ਲਿਖ ਕੇ ਮੈਂ ਰੱਖ ਦਿੰਦਾ, ਤੁਸੀਂ ਆਪਦਾ ਵੇਖ ਲਿਆ ਜੀ। ਅੱਛਾ ਜੀ। ਉਹਨੇ ਫਿਰ ਰਾਜਾ ਸ਼ੈਤਾਨ ਹੁੰਦੇ ਨੇ, ਇਹਨੇ ਇੱਕ ਥਾਂ ਤੋਂ ਕੰਧ ਪਾੜੀ। ਹਾਂਜੀ। ਕੰਧ ਪਾੜ ਕੇ ਅਤੇ ਉੱਥੇ ਅੰਦਰ ਲੰਘ ਕੇ ਅਤੇ ਮਿਸਾਲ ਖਤਮ ਕੀਤੀ ਹਿਸਾਬ ਨਾਲ। ਠੀਕ ਹੈ। ਅਤੇ ਫਿਰ ਆਖਣ ਲੱਗਾ ਵੀ ਲਿਆ, ਉਹਨੂੰ ਫੜਿਆ ਸੀ ਉਹਨੂੰ ਫਿਰ। ਅੱਛਾ ਜੀ। ਲਿਆਂਦਾ ਅਤੇ ਉਹ ਆਉਂਦਾ ਵੀ ਕਾਗਜ਼ ਲਿਆ, ਮੈਂ ਕੱਢ ਕੇ ਦੇ ਦਾਂ ਵੀ ਉੱਤੇ ਲਿਖਿਆ, ਰਾਜਾ ਤੂੰ ਕਿਸੇ ਦਰਵਾਜ਼ੇ ਥਾਲੀ ਅੰਦਰ ਨਹੀਂ ਜਾਏਗਾ, ਨਵੀਂ ਥਾਂ ਤੋਂ ਕੰਧ ਪਾੜ ਕੇ ਜਾਏਗਾ। ਪਹਿਲਾਂ 100 ਕਿੱਲਾ ਤਦ ਦਿੱਤਾ ਕਿ? ਅੱਛਾ ਜੀ, ਠੀਕ ਹੈ। 100 ਕਿੱਲਾ ਤਦ ਦਿੱਤਾ, ਪੂਰਾ ਯਕੀਨ ਜਦੋਂ ਹੋ ਗਿਆ ਵੀ ਇਹ ਵਾਕਈ ਕਰਨੀ ਵਾਲਾ। ਹਾਂਜੀ, ਠੀਕ ਹੈ। ਫਿਰ ਹੁਣ 100 ਕਿੱਲਾ ਤਦ ਦਿੱਤਾ ਹੈ ਉਹਨੇ। ਠੀਕ ਹੈ ਜੀ। ਮਧਾ ਸੀ। ਠੀਕ ਹੈ। ਅਤੇ ਉਦੋਂ ਜਿਹੜੀਆਂ ਰਾਜੇ ਵਾਲੀਆਂ ਗੱਲਾਂ ਤਾਂ ਵਾਕਈ ਮਹਾਰਾਜਾ ਰਣਜੀਤ ਸਿੰਘ ਵਾਲੀਆਂ ਤਾਂ ਗੱਲਾਂ ਹੀ ਵੱਖਰੀਆਂ ਵਾ, ਮੁਸਲਮਾਨਾਂ ਨੂੰ ਵੀ ਕੋਈ ਚੱਕਰ ਨਹੀਂ ਸੀ ਉਹਦੇ ਰਾਜ 'ਚ। ਨਾ ਨਾ,
ਕੋਈ ਕਿਸੇ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ, ਲੋਕਾਂ ਹੀ ਪਾਇਆ ਪਿੱਛੋਂ ਹੀ। ਬਿਲਕੁਲ ਜੀ, ਇਹ ਤਾਂ ਜਦੋਂ ਜੋ ਆਪਣਾ ਦੇਸ਼ ਅਲੱਗ ਹੋਇਆ ਵਾ ਜਾਂ ਕੁਛ ਟਾਈਮ ਪਹਿਲਾਂ ਇਹ ਸਰਕਾਰਾਂ ਵਾਲੇ ਪਾਸੇ ਨੂੰ ਹੋਏ ਆ। ਹੁਣ ਜਿਹੜੇ ਆਪਾਂ ਵਿੱਚ ਆਪਣੇ ਨਹੀਂ ਬੈਠੇ, ਜਿਹੜੇ ਇੱਧਰ ਬੈਠੇ ਲੋਕ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਗੀ। ਹਾਂਜੀ, ਜਦੋਂ ਅੱਗ ਲੱਗੇ ਫਿਰ ਪਤਾ ਫਿਰ ਪਤਾ ਲੱਗਦਾ। ਹਾਂਜੀ, ਗੱਲ ਨਹੀਂ, ਤੁਹਾਨੂੰ ਕੋਈ ਪਤਾ ਲੱਗਾ ਵੀ ਅੱਜ ਤੱਕ ਵੀ ਉਹ ਕੀ ਕਾਰਨ ਕੀ ਬਣਿਆ, ਕਹਾਣੀ ਕਿਉਂ ਧੱਕੇ ਕਿਉਂ ਇੱਕ ਦੂਜੇ ਨੂੰ ਮਾਰਨ ਲੱਗ ਗਏ? ਇਹ ਲੀਡਰਾਂ ਦਾ ਸਾਰਾ ਸਿਆਪਾ ਸੀ ਜਿਹੜਾ ਜਨਾਹ ਸੀ ਨਾ। ਹਾਂਜੀ, ਉਹ ਆਉਂਦਾ ਸੀ ਪਾਕਿਸਤਾਨ ਸਾਰਾ ਪੰਜਾਬ 'ਚ ਕਰਾ ਹੈ, ਅਤੇ ਇਹਦੇ ਦੂਜੇ ਜਿਹੜੇ ਆਉਂਦੇ ਸੀ ਵੀ ਨਹੀਂ ਇਕੱਠੇ ਰਹਿਣਾ ਚਾਹੀਦਾ। ਹਾਂਜੀ, ਪਰ ਨਹੀਂ, ਉਹਦਾ ਜ਼ੋਰ ਚੜ੍ਹ ਗਿਆ ਉਹਨਾਂ 'ਤੇ, ਉਹਨੇ ਬਣਾ ਲਿਆ ਪਾਕਿਸਤਾਨ, ਬਣਾ ਲਿਆ। ਆਹ ਗੱਲ ਹੈ, ਸਹੀ ਗੱਲ ਹੈ ਜੀ। ਸਿੰਧ ਅਤੇ ਪੰਜਾਬ ਉਹਨੇ ਦੋ ਸੂਬੇ ਪਾਕਿਸਤਾਨ ਬਣਾਏ ਆ। ਹਾਂਜੀ, ਅਤੇ ਇੱਕ ਅਗਲੇ ਪਾਸੇ ਵੀ ਲਿਆ ਸਰਹੱਦੀ ਸੂਬਾ। ਠੀਕ ਹੈ, ਤਿੰਨ ਸੂਬੇ ਸਨ, ਅੱਧਾ ਕਸ਼ਮੀਰ, ਅੱਧਾ ਕਸ਼ਮੀਰ, ਇੰਨਾ ਇਲਾਕਾ ਹੈ ਪਾਕਿਸਤਾਨ ਦਾ। ਠੀਕ ਹੈ ਜੀ, ਅਤੇ ਮੈਂ ਜੇ ਪੜ੍ਹਿਆ ਭਾਜੀ, ਅਤੇ ਜਾਣਕਾਰੀ ਮੈਂ ਦੇਣਾ ਪਿਆ ਸੋ ਵੀ ਦਿਮਾਗ। ਸਹੀ ਗੱਲ ਹੈ ਜੀ, ਸਹੀ ਗੱਲ ਆ, ਸਹੀ ਗੱਲ ਆ। ਪੰਜਵੀਂ 'ਚ ਵਜ਼ੀਫਾ ਵੀ ਲਿਆਇਆ ਸੀ, ਪਰ ਕਾਬਲ ਪੜ੍ਹ ਲੂੰ ਅਟਕਣਾ ਪਿਆ। ਬਾਪੂ ਪਤਾ ਕੀ ਚੱਕਰ ਆ, ਜਿਹੜੇ ਅੱਜ ਦੀ ਪੜ੍ਹਾਈ ਆ, ਅੱਜ ਦੀ ਪੜ੍ਹਾਈ ਰਹਿ ਗਈ ਆ, ਇੱਕ ਤਾਂ ਮੋਬਾਈਲ ਦੇ ਕੰਪਿਊਟਰ ਆ ਗਏ ਆ। ਸਭ ਤੋਂ ਪਹਿਲੀ ਵੱਡੀ ਗੱਲ ਮੈਂ ਰਹਿਕ ਥਾਂ 'ਤੇ ਇਹ ਗੱਲ ਕਰਦਾ ਹੁੰਦਾ ਵੀ ਸ਼ਬਦ ਮੁੱਕਦੇ ਜਾਂਦੇ ਆ, ਸ਼ਬਦ ਤਾਂ ਆਉਣਗੇ ਜੇ ਤੁਹਾਡੇ ਵਰਗੇ ਬੰਦਿਆਂ ਕੋਲ ਬੈਠ ਕੇ ਗੱਲਾਂ ਬਾਤਾਂ ਕਰਾਂਗੇ। ਸ਼ਬਦ ਜਦੋਂ ਸ਼ਬਦ ਹੀ ਘੱਟ ਗਏ, ਇਕੱਲੇ ਅੰਗਰੇਜ਼ੀ ਦੇ ਸ਼ਬਦ ਰਹਿ ਗਏ, ਪੰਜਾਬੀ ਦੇ ਸ਼ਬਦ ਹੀ ਅਲੋਪ ਹੋ ਗਏ ਬਹੁਤ ਜ਼ਿਆਦਾ। ਜਿਹੜੇ ਸ਼ਬਦਾਂ ਤੋਂ ਪਹਿਲਾਂ ਆਪਾਂ ਕਿੰਨਾ ਕੁਛ ਆਪਣੇ ਘਰਾਂ 'ਚ ਹੁੰਦਾ ਸੀਗਾ, ਘਰਾਂ ਵਾਲੇ ਸਮਾਨ ਦਾ ਨਹੀਂ ਕਿਸੇ ਨੂੰ ਪਤਾ ਵੀ ਕੀ ਆ, ਕੋਈ ਗੱਲ ਕਰਨ ਦਾ ਨਹੀਂ ਪਤਾ, ਬੁਲਾਰਾ ਨਹੀਂ ਕੋਈ ਚੰਗਾ ਬਣ ਸਕਦਾ ਅੱਜ ਦੇ ਟਾਈਮ 'ਚ। ਮੈਂ ਨਾ ਅੱਗੇ ਪਹਿਲਾਂ ਅਨਪੜ੍ਹ ਬੁਲਾਰੇ ਸੀਗੇ ਜਿਹੜੇ, ਜਿੰਨੇ ਲੀਡਰ ਅਨਪੜ੍ਹ ਮੇਰੇ ਹਿਸਾਬ ਨਾਲ ਸਾਰੇ, ਹੁਣ ਪੜ੍ਹਿਆ ਲਿਖਿਆ ਵੀ ਭਲਾ ਹੋਵੇ ਕੋਈ ਚੰਗਾ ਬੁਲਾਰਾ ਨਹੀਂ ਹੋ ਸਕਦਾ। ਇਹ ਸ਼ਬਦ ਮੁੱਕਦੇ ਜਾਂਦੇ ਆ ਬਾਪੂ, ਇਹ ਕਾਰਨ ਕੀ ਆ ਵੀ ਤੁਹਾਡੇ ਵਰਗੇ ਬਜ਼ੁਰਗਾਂ ਕੋਲ ਬੈਠਦਾ ਨਹੀਂ ਕੋਈ, ਬੈਠ ਕੇ ਗੱਲਾਂ ਨਹੀਂ ਸੁਣਦਾ ਗਾ, ਗੱਲਾਂ ਕਰਦਾ ਨਹੀਂ ਗਾ, ਇਹ ਸਭ ਤੋਂ ਵੱਡੀ ਗੱਲ ਹੈ। ਸਾਰੀ ਉਮਰ ਕੋਈ ਕਿਸੇ ਤਰ੍ਹਾਂ ਨਾ ਸ਼ਰਾਬ ਨਾ ਮੀਟ ਅਤੇ ਨਾ ਹੋਰ ਹੀ ਕੋਈ ਅਮਲ ਮੂੰਹ ਤੇ ਨਹੀਂ ਲਾਇਆ। ਅੱਛਾ ਜੀ, ਨਾ ਠੀਕ ਵੈਸ਼ਨੋ ਆ, ਠੀਕ ਤਦੇ ਅੰਮ੍ਰਿਤ ਛਕਿਆ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਠੀਕ ਹੈ। ਅਤੇ ਪਰ ਉਹਦੀ ਵਜ੍ਹਾ ਮਹਾਰਾਜ ਨੇ ਦਿੱਤੀ ਵੀ ਸਾਨੂੰ ਵਾਧੂ ਵਾਧੂ ਦਿੱਤਾ, ਖਾਣ ਪੀਣ ਆਪਦੇ ਸੌਖੇ ਆ, ਸੌਖੇ ਆ। ਸਹੀ ਗੱਲ ਹੈ ਜੀ, ਬਿਲਕੁਲ, ਉਹ ਤਾਂ ਬਹੁਤ ਵੱਡੀ ਗੱਲ ਆ ਜੀ। ਜਦੋਂ ਉੱਥੋਂ ਆਏ ਆ ਤਾਂ ਫਿਰ ਤੁਸੀਂ ਫਿਰ ਇੱਕ ਵਾਰ ਦੁਬਾਰਾ ਸਟੈਂਡ ਕੀਤਾ, ਕਿੱਥੇ ਉੱਧਰ ਸਾਰਾ ਕੁਛ ਹੱਸਦੇ ਵੱਸਦੇ ਸੀ, ਰੱਖਦੇ ਪੂਰਾ ਵਧੀਆ ਸੀਗਾ ਕੰਮ ਚੱਲਦਾ। ਕਈ ਅਜੇ ਜਿਹੜੇ ਉੱਧਰੋਂ ਆਏ ਛੱਡ ਕੇ ਵੀ ਆਏ ਨਾ, ਇੱਧਰ ਉਹਨਾਂ ਤੋਂ ਬਣਿਆ ਨਹੀਂ ਗਾ। ਹਾਂਜੀ, ਅਤੇ ਅਸੀਂ ਸਾਰਾ ਕੁਛ ਕਰ ਲਿਆ ਵੀ, ਪੈਲੀ ਵੀ ਬਣਾ ਲਈ, ਘਰ ਵੀ ਵਧੀਆ ਬਣ ਕੇ, ਤੰਦੀ ਦੇ ਪੈ, ਬਿਲਕੁਲ ਜੀ, ਅਤੇ ਸਾਰਾ ਕੁਛ ਮੁੰਡੇ ਵੀ BA ਕੀਤੀ ਹੈ ਨਾ। ਹਾਂਜੀ ਹਾਂਜੀ ਹਾਂਜੀ, ਇਸ ਕਰਕੇ ਕਾਰਨ ਹੀ ਤੇ ਤੰਦੀ ਕੀਤੀ। ਸਹੀ ਗੱਲ ਆ ਜੀ, ਸਹੀ ਗੱਲ ਆ। ਬਾਕੀ ਤੁਸੀਂ ਤਾਂ ਜ਼ਿਆਦਾ ਦੂਰੋਂ ਨਹੀਂ, ਆਹ ਵੀ ਕਹਿ ਲਓ ਵੀ ਪੰਜਾਬ 'ਚੋਂ ਉੱਠ ਕੇ ਪੰਜਾਬ 'ਚ ਹੀ ਆ ਗਏ ਸੀਗੇ, ਪੰਜਾਬ ਅੱਧਾ ਉੱਧਰ ਅੱਧਾ ਇੱਧਰ ਰਹਿ ਗਿਆ। ਇੱਕ ਰਾਤ ਹੀ ਸਿਰਫ ਲੱਗੀ ਰਾਜ। ਅੱਛਾ ਜੀ, ਰਹੀ ਰਹੇ ਹਾਂ, ਸਾਡੇ ਪਿੰਡ ਦੇ ਰਿਸ਼ਤੇਦਾਰ ਹੈਗੇ ਸੀ ਅਤੇ ਉਹ ਤਾਂ ਚਲੇ ਗਏ, ਅਤੇ ਮੁਸਲਮਾਨ ਜਾਣਦੇ ਸੀ, ਉਹਨਾਂ ਨੂੰ ਆਖਣ ਲੱਗੇ ਕੋਈ ਗੱਲ ਨਹੀਂ, ਰਾਤ ਅਸੀਂ ਤੁਹਾਡੀ ਡਰ ਰਾਖੀ ਕਰਾਂਗੇ। ਹਾਂਜੀ, ਅਤੇ ਉਹ ਫਿਰ ਲੱਖੂ ਦੁੱਲੂ ਵੀ ਆ ਗਿਆ ਦੁਲਵਾਂ ਦਾ ਸੀ। ਅੱਛਾ ਜੀ, ਇਹਦਾ ਤਾਂ ਬਦਮਾਸ਼ ਸੀ, ਅਤੇ ਉਹਦੇ ਕੋਲ ਵੀ ਅਸਲਾ ਉਸਲਾ ਹੈਗਾ ਸੀ, ਆਖਣ ਲੱਗਾ ਕੋਈ ਡਰ ਨਹੀਂ। ਅਤੇ ਉਹ ਮਿਲਟਰੀ ਅੱਗੋਂ ਬੈਠੀ ਸੀ। ਹਾਂਜੀ, ਉੱਥੇ ਚੱਠਿਆਂ ਵਾਲੇ ਪੁਲ 'ਤੇ। ਅੱਛਾ ਜੀ, ਉਹਨਾਂ ਲੰਘਣ ਲਿਖ ਦੇਣਾ ਮਾਰਨਾ ਸੀ, ਅਤੇ ਉਹ ਫਿਰ ਆਖਣ ਲੱਗਾ ਕੋਈ ਨਹੀਂ, ਮੈਂ ਤੜਕੇ ਰਾਹ ਸਾਫ਼ ਕਰਾਂਗਾ। ਤੜਕੇ ਉਹਦੇ ਕੋਲ ਹੈਗੀ ਸੀ ਉਹ ਬ੍ਰੇਨ ਗਨ, ਉਹਨੇ ਜਾ ਕੇ ਫਿਰ ਉਹ ਛੀਏ ਦੇ ਛੀਏ ਮਾਰੇ, ਅਤੇ ਆਖਣ ਲੱਗਾ ਹੁਣ ਦੋ ਘੜੇ ਨਿਕਲ ਜਾਓ, ਨਹੀਂ ਤਾਂ ਫਿਰ ਉਹਨੇ ਕਿੰਨੇ ਬੰਦਿਆਂ ਦਾ ਭਲਾ, ਕਿੰਨੇ ਪਰਿਵਾਰਾਂ ਦਾ ਕੀਤਾ ਹੋਊਗਾ ਦੇਖ ਲਓ, ਹੈ ਨਾ, ਜੇ ਤੁਹਾਨੂੰ ਮਿਲ ਗਿਆ ਜਾਂ ਹੋਰ ਕਿੰਨੇ ਪਰਿਵਾਰਾਂ ਦਾ ਭਲਾ ਕੀਤਾ ਹੋਊਗਾ ਉਹਨੇ। ਅਤੇ ਹੋਰ ਨਹੀਂ, ਇਹ ਕੋਈ ਟਾਈਮ ਹੀ ਹੁੰਦਾ ਹੈ, ਖੁਰੇ ਪਲਾ ਹੋ ਕੇ ਹੋਇਆ ਕਿ ਨਹੀਂ ਹੋਇਆ, ਪਿੱਛੋਂ ਉਹਦਾ ਆਪ ਰੁਲਿਆ ਕਿ ਕੀ ਹੋਇਆ। ਸਹੀ ਗੱਲ ਹੈ, ਨਹੀਂ ਫਿਰ ਵੀ ਚਲੋ, ਜਿਹੜਾ ਬੰਦਾ ਕਿਸੇ ਬਾਰੇ ਸੋਚ ਕੇ, ਉਹਨੇ ਚੰਗਾ ਸੋਚ ਗਿਆ ਉਹ। ਹਾਂਜੀ, ਚੰਗਾ ਸੋਚ ਗਿਆ, ਵੇਖਿਆ ਨਾ ਲੋਕ ਦੁਖੀ, ਮਨ ਜਿਹੜਾ ਹੈ ਨਾ, ਕਿਸੇ ਨੇ ਦੁੱਖ ਵੇਖ ਕੇ ਫਿਰ ਮਨ ਨੂੰ ਆਉਂਦਾ, ਉਤਰਾ ਨਹੀਂ ਆਉਂਦਾ। ਹਾਂਜੀ ਹਾਂਜੀ, ਇਹ ਵੀ ਗੱਲ ਹੈ, ਬਿਲਕੁਲ ਜੀ। ਹਾਂ, ਜਿਹਦਾ ਚੋਰੀ ਕਰਦਾ ਹੈ ਉਹਦਾ ਮਨ ਉਦੋਂ ਨਹੀਂ ਪਤਾ ਲੱਗਦਾ, ਜੇ ਅੱਗੇ ਦੁੱਖ ਵੇਖੇ ਤਾਂ ਫਿਰ ਹੀ ਫਿਰ ਆ ਜੀ, ਟਲਦਾ, ਨਹੀਂ ਤਾਂ ਨਹੀਂ ਟਲਦਾ। ਬਿਲਕੁਲ ਜੀ, ਦੁੱਖ ਦਾ ਤਾਂ ਜੀ, ਦੁੱਖ ਦਾ ਪਤਾ ਤਾਂ ਉਹਨੂੰ ਹੀ ਲੱਗਦਾ ਜਿਹਦੇ ਦੁੱਖ ਆਪਦੇ ਘਰੇ ਪੈਂਦਾ ਵਾ, ਦੂਜਾ ਬੰਦਾ ਹੌਸਲਾ ਦੇ ਸਕਦਾ ਵਾ, ਪਰ ਉਹ ਦੁੱਖ ਉਹ ਜਿਹੜਾ ਹੁੰਦਾ ਪੀੜਾ ਉਹ ਨਹੀਂ ਹੁੰਦੀ ਆ। ਫਿਰ ਉੱਥੋਂ ਸਮਾਨ ਵਗੈਰਾ ਲਿਆਂਦਾ ਚੱਕ ਕੇ ਕੁਛ ਨਾਲ ਕਿ ਨਹੀਂ? ਸਾਡੇ ਕੋਲ ਤਾਂ ਗੱਡ ਗੁੱਡ ਹੈਗੀ ਕੋਈ ਨਹੀਂ ਸੀ। ਅੱਛਾ ਜੀ, ਅਤੇ ਅਸੀਂ ਇੱਕ ਅੱਧੇ ਟਰੰਕ 'ਚ ਰੱਖਿਆ, ਅਤੇ ਉਹ ਵੀ ਖੁੱਲ੍ਹ ਕੇ ਰੱਖ ਲਿਆ ਹੋਵੇਗਾ, ਸਾਨੂੰ ਨਹੀਂ ਪਤਾ। ਨਹੀਂ ਹੁਣ ਫਿਰ ਮੌਕਾ ਜੇ ਮਿਲਿਆ ਤਾਂ ਫਿਰ ਆਪਾਂ ਮਾਰ ਕੇ ਗੇੜਾ ਪਿੰਡ ਤੁਹਾਡੇ ਉੱਥੇ, ਹੈ ਨਾ। ਸਹੀ ਗੱਲ ਆ, ਸਹੀ ਗੱਲ ਆ, ਨਹੀਂ ਜੇ ਮੌਕਾ ਮਿਲਿਆ ਜ਼ਰੂਰ ਫਿਰ ਪਿੰਡ ਦਾ ਗੇੜਾ ਜ਼ਰੂਰ ਵੱਜੂਗਾ, ਸਾਨੂੰ ਟਾਈਮ ਮਿਲ ਗਿਆ। ਕਿਉਂ ਬਾਪੂ ਜੀ, ਜੇ ਟਾਈਮ ਮਿਲ ਗਿਆ ਉੱਥੇ ਆਪਣਾ ਫਿਰ ਪਿੰਡ ਦਾ ਗੇੜਾ ਤਾਂ ਮਾਰਾਂਗੇ, ਲੱਗ ਗਈ ਆ। ਹਾਂਜੀ ਹਾਂਜੀ ਹਾਂਜੀ, ਸਹੀ ਗੱਲ ਆ। ਅੱਗੇ ਸੱਦ ਗਿਆ ਇੱਕ ਮੁੰਡਾ ਮਾਰ ਕੇ ਆਇਆ। ਅੱਛਾ ਜੀ, ਮੁੱਖਾ ਜੈਲ ਦਾ ਉੱਥੋਂ ਨਾ, ਪਿੰਡ ਦਾ ਹੀ,
ਉਹਦਾ ਮੈਂ ਗਿਆਨ ਵੇਖ ਕੇ ਆਇਆ ਤੁਹਾਡਾ ਜਿਹੜਾ ਉਹ ਖਲੋਤਾ ਬਾਬਾ ਗਿਆਨ ਚੰਦ ਜਿਹੜਾ ਅੱਛਾ ਜੀ ਅੱਛਾ ਅੱਛਾ ਪਹਿਲੀ ਜਾ ਜੀ ਉਹ ਲੋਕ ਸਗੋਂ ਮੱਥਾ ਟੇਕਣ ਜਾਂਦੇ ਨੇ ਮੁਸਲਮਾਨ ਵੀ ਮੰਨਦੇ ਹਾਂ 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 ਨਹੀਂ ਹੁਣ ਤਾਂ ਦੇਖੋ ਪਿਆਰ ਕਿੰਨਾ ਹੈਗਾ ਵਾ ਜਦੋਂ ਇੱਥੋਂ ਕੋਈ ਬੰਦਾ ਜਾਂਦਾ ਕਿੰਨੀ ਇੱਜ਼ਤ ਕਰਦੇ ਆ ਜੇ ਉਹ ਆਉਂਦੇ ਤਾਂ ਆਪਾਂ ਕਿੰਨੀ ਇੱਜ਼ਤ ਕਰਦੇ ਹਾਂ ਇੱਕ ਦੂਜੇ ਦੇ ਮਨਾਂ 'ਚ ਇਹ ਹੋ ਗਿਆ ਨਾ ਵੀ ਹੁਣ ਆਪਣਾ ਲੀਡਰਾਂ ਦੀ ਅੱਗ ਲੱਗੀ ਜਦੋਂ ਸਾਰਾ ਕੰਮ ਹੋਇਆ ਹੋਇਆ ਹਾਂਜੀ ਨਾ ਗਰੀਬ ਜਨਤਾ ਦੇ ਹੱਥ 'ਚ ਕੋਈ ਤਾਕਤ ਹੁੰਦੀ ਅਤੇ ਨਾ ਕੋਈ ਕਰਦਾ ਉਹਨਾਂ ਦਾ ਤਾਂ ਪਿਆਰ ਹੀ ਹੁੰਦਾ ਪਰ ਉਹਨਾਂ ਨੂੰ ਬਦਲਿਆ ਜਾਂਦਾ ਹੈ ਬਦਲਿਆ ਜਾਂਦਾ ਸਹੀ ਗੱਲ ਹੈ ਜੀ ਬਾਕੀ ਬਾਪੂ ਜੀ ਹੁਣ ਆਉਣਾ ਜੇ ਸਾਡਾ ਵੀਜ਼ਾ ਲੱਗ ਗਿਆ ਤਾਂ ਫਿਰ ਅਸੀਂ ਚਾਹਵਾਂਗੇ ਹੈ ਨਾ ਬਾਪੂ ਬਾਕੀ ਗੱਲਾਂ ਬਾਤਾਂ ਫਿਰ ਉੱਥੇ ਕਰਾਂਗੇ ਆਪਾਂ ਉੱਥੋਂ ਦੇ ਏਰੀਆ ਘੁੰਮਾਂਗੇ ਸਾਰਾ ਹੈ ਨਾ ਅਤੇ ਅੱਜ ਲਈ ਦੋਸਤੋ ਇੰਨਾ ਹੀ ਧੰਨਵਾਦ ਸਾਰਿਆਂ ਦਾ ਧੰਨਵਾਦ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ